ਕਾਰਾਂ ਜੇ ਕਿਤੇ ਲਤੀਫੀ ਕਰ ਰਹੀਆਂ ਨੇ ਤਾਂ ਉਸ ਦੇ ਨਤੀਜੇ ਜਿਹੜੇ ਨੇ ਕਾਫੀ ਗੰਭੀਰ ਹੁੰਦੇ ਨਜ਼ਰ ਆ ਰਹੇ ਨੇ ਜੇ ਅਸੀਂ ਖਾਸ ਕਰਕੇ ਅਮਰੀਕਾ ਦੀ ਗੱਲ ਕਰੀਏ ਪਹਿਲਾਂ ਵੀ ਅਸੀਂ ਅਮਰੀਕਾ ਦਾ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਕਿਉਂਕਿ ਅਮਰੀਕਾ ਦੇ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਤੇ ਉੱਥੋਂ ਦੇ ਲੋਕ ਵੀ ਹੁਣ ਕਿਤੇ ਨਾ ਕਿਤੇ ਆਪਣੇ ਪ੍ਰੈਜ਼ੀਡੈਂਟ ਦੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਚੁੱਕੇ ਨੇ ਅੱਜ ਸਾਡੇ ਨਾਲ ਧੀਰਜ ਕੁਮਾਰ ਜਿਹੜੇ ਨੇ ਅਮਰੀਕਾ ਤੋਂ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਬਹੁਤ ਸਾਰੀ ਜਾਣਕਾਰੀ ਇਸ ਵੇਲੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਸਹੀ ਤਰੀਕੇ ਦੇ ਨਾਲ ਪੂਰੇ ਵਰਲਡ ਦੇ ਵਿੱਚ ਨਹੀਂ ਪਹੁੰਚ ਰਹੀ ਧੀਰਜ ਜੀ ਉੱਥੇ ਰਹਿੰਦੇ ਨੇ ਉੱਥੋਂ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਲੋਕਾਂ ਦੇ ਵਿੱਚ ਕਿਹੋ ਜਿਹਾ ਹਾਲਾਤ ਹੈ ਉੱਥੋਂ ਦੀ ਸਰਕਾਰ ਕੀ ਕਰ ਰਹੀ ਹੈ तमाम जानकारी उन्होंने तो हासिल करेंगे। तीरज जी बहुत बहुत स्वागत है। रोजाना स्पोक्समैन देख रहे सारे ही श्रोतियों को मेरी प्यार भरी सत श्री अकाल जी। जी तीरज जी जे असी सब तो पहला जानने की कोशिश करिए लगातार खबर आ रही कि अमेरिका के हालात हुण हत्थों बाहर होंदे जा रहे हैं जिहड़ा मौतों की गिणती आ लगातार हज़ारां दे विच वधदी जा रही है नवे केस भी लगातार सामने आ रहे हैं हालात मौजूदा की ने किन्ने लोग हुण तक पीड़ित हो चुके ने किन्ने लोगों की मौत हो चुकी है हस्पतालों का हाल की है इस वेले तुहाडे कोल की जानकारी है इस वेले। ਜੇਕਰ ਆਪਾਂ ਅੱਜ ਪੂਰੇ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ 6,44,823 ਕੇਸ ਟੋਟਲ ਪੋਜ਼ਿਟਿਵ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 28,580 ਮੌਤਾਂ ਹੋ ਚੁੱਕੀਆਂ ਨੇ। ਜੇ ਆਪਾਂ ਟੈਸਟਾਂ ਦੀ ਗੱਲ ਕਰੀਏ ਤਾਂ 32,65,595 ਟੈਸਟ ਅਮਰੀਕਾ ਦੀ ਧਰਤੀ ਤੇ ਕਰ ਲਏ ਗਏ ਨੇ ਤੇ ਇਹਨਾਂ ਦੇ ਨਾਲ ਨਾਲ ਜਦੋਂ ਅਮਰੀਕਾ ਤੋਂ ਬਾਅਦ ਆਪਾਂ ਮੇਨ ਜਿਹੜੀ ਹੌਟਸਪੌਟ ਦੀ ਗੱਲ ਕਰੀਏ ਉਹ ਨਿਊਯਾਰਕ ਬਣਿਆ ਹੋਇਆ। ਨਿਊਯਾਰਕ ਦੇ ਜਿਹੜੇ ਅੰਕੜੇ ਨੇ ਟੋਟਲ ਪੋਜ਼ਿਟਿਵ 2,14,448 ਕੇਸ ਇੱਥੇ ਪੋਜ਼ਿਟਿਵ ਪਾਏ ਗਏ ਨੇ ਤੇ 11,586 ਇੱਥੇ ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ 8,000 ਦੇ ਤਕਰੀਬਨ ਮੌਤਾਂ ਜਿਹੜੀਆਂ ਨਿਊਯਾਰਕ ਦੇ ਫਾਈਵ ਬੋਰੋ ਮਨਹਟਨ ਬ੍ਰੋਂਸ ਕੁਈਨਸ ਬਰੁਕਲਿਨ ਸਟੇਟਨ ਆਈਲੈਂਡ ਦੇ ਵਿੱਚ ਹੀ ਹੋ ਚੁੱਕੀਆਂ ਨੇ। ਜਿਹੜਾ ਫਾਈਵ ਬੋਰੋ ਆ ਉਹ ਇਸ ਟਾਈਮ ਪੂਰਾ ਹੌਟਸਪੌਟ ਬਣਿਆ ਹੋਇਆ ਹਸਪਤਾਲਾਂ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਮਾੜੀ ਕਹਿ ਸਕਦੇ ਹਾਂ। ਹਰ ਰੋਜ਼ ਨਿਊਯਾਰਕ ਦੀ ਨਿਊਯਾਰਕ ਸਿਟੀ ਦੀ ਧਰਤੀ ਦੇ ਉੱਤੇ 800 ਮੌਤਾਂ ਹੋ ਰਹੀਆਂ ਨੇ 758-775 ਦੇ ਨੇੜੇ ਤੇੜੇ ਅੰਕੜੇ ਹਰ ਰੋਜ਼ ਦੇ ਨੇ ਪਰ ਪਿਛਲੇ ਕੁਛ ਦਿਨਾਂ ਤੋਂ ਮੰਗਲਵਾਰ ਤੇ ਬੁੱਧਵਾਰ ਦੇ ਵਿੱਚ ਥੋੜੀ ਗਿਰਾਵਟ ਆਈ ਸੀ ਮੌਤਾਂ ਦੇ ਵਿੱਚ ਤੇ ਨਵੇਂ ਕੇਸਾਂ ਦੇ ਵਿੱਚ ਪਰ ਉਸ ਤੋਂ ਬਾਅਦ ਅੱਜ ਵੀਰਵਾਰ ਦੇ ਵਿੱਚ ਫਿਰ ਦੁਬਾਰਾ ਉਹੀ ਸਥਿਤੀ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਨਿਊਯਾਰਕ ਤੋਂ ਬਾਅਦ ਨਿਊ ਜਰਸੀ ਸਟੇਟ ਆ ਜਿਹੜੀ ਉੱਥੇ 71,000 ਟੋਟਲ ਜਿਹੜੇ ਪੋਜ਼ਿਟਿਵ ਟੈਸਟ ਪਾਏ ਜਾ ਚੁੱਕੇ ਨੇ ਤੇ 3,156 ਮੌਤਾਂ ਹੋ ਚੁੱਕੀਆਂ ਨੇ। ਜਦੋਂ ਆਪਾਂ ਨਿਊਯਾਰਕ ਤੇ ਨਿਊ ਜਰਸੀ ਦੀ ਗੱਲ ਕਰਦੇ ਹਾਂ ਤੇ ਇਹਨਾਂ ਦੇ ਵਿੱਚ ਬਹੁਤਾ ਡਿਫਰੈਂਸ ਨਹੀਂ ਹੈ ਇਹਨੂੰ 18 ਬ੍ਰਿਜ ਤੇ ਟਨਲ ਦੇ ਨਾਲ ਨਿਊ ਜਰਸੀ ਤੇ ਨਿਊਯਾਰਕ ਨੂੰ ਜੋੜਿਆ ਜਾਂਦਾ ਹੈ ਪਰ ਤੁਸੀਂ ਸੇਮ ਹੀ ਕਹਿ ਸਕਦੇ ਹੋ। ਤੇ ਜਿਹੜੇ ਇਸ ਵੇਲੇ ਹਾਲਾਤ ਬਣਦੇ ਜਾ ਰਹੇ ਨੇ ਜਿੱਦਾਂ ਤੁਸੀਂ ਦੱਸਿਆ ਕਿ ਸਥਿਤੀ ਕਾਫੀ ਗੰਭੀਰ ਹੈ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ ਕਿਉਂਕਿ ਇਹ ਵੀ ਖਬਰਾਂ ਆਈਆਂ ਸੀ ਕਿ ਹੁਣ ਇੱਦਾਂ ਦੇ ਹਾਲਾਤ ਬਣ ਚੁੱਕੇ ਨੇ ਅਮਰੀਕਾ ਦੇ ਵਿੱਚ ਕਿ ਜਿਹੜੇ ਫਰੀਜ਼ਰ ਹੁੰਦੇ ਨੇ ਜਿਹੜਾ ਸਮਾਨ ਪਹੁੰਚਾਉਣ ਦੇ ਲਈ ਕੰਟੇਨਰ ਵਰਤੇ ਜਾਂਦੇ ਨੇ ਅਕਸਰ ਇੱਕ ਥਾਂ ਤੋਂ ਦੂਜੀ ਥਾਂ 'ਤੇ ਸਮਾਨ ਪਹੁੰਚਾਉਣ ਦੇ ਲਈ ਹੁਣ ਉਹਨਾਂ ਕੰਟੇਨਰਾਂ ਦਾ ਇਸਤੇਮਾਲ ਇਸ ਵੇਲੇ ਲਾਸ਼ਾਂ ਰੱਖਣ ਦੇ ਲਈ ਹੋ ਰਿਹਾ ਕਿ ਇਹ ਖਬਰਾਂ ਸੱਚੀਆਂ ਨੇ ਇਸ ਵੇਲੇ। ਹਾਂਜੀ ਹਰ ਇਹ ਖਬਰਾਂ 99% ਸੱਚੀਆਂ ਨੇ। ਹਰ ਹਸਪੀਟਲ ਦੇ ਬਾਹਰ ਰੈਫ੍ਰਿਜਰੇਟਰ ਰੱਖੇ ਗਏ ਨੇ। ਹਸਪਤਾਲਾਂ ਦੀ ਜਿਹੜੀ ਕਪੈਸਿਟੀ ਆ ਉਹ ਡੈਡ ਬੋਡੀਜ਼ ਨੂੰ ਰੱਖਣ ਦੀ ਨਹੀਂ ਹੈਗੀ ਇੰਨੀਆਂ ਜਿੰਨੀਆਂ ਮੌਤਾਂ ਹਰ ਇੱਕ ਹਸਪੀਟਲ ਦੇ ਵਿੱਚ ਹੋ ਰਹੀਆਂ ਨੇ। ਤਕਰੀਬਨ 200 ਤੁਸੀਂ ਕਹਿ ਸਕਦੇ ਹੋ ਕਿ ਹਰ ਬੋਰੋ ਦੇ ਵਿੱਚ ਜੇ ਮਨਹਟਨ ਕੁਈਨਸ ਬਰੁਕਲਿਨ ਸਟੇਟਨ ਆਈਲੈਂਡ ਦੀ ਆਪਾਂ ਸਾਰੇ ਬੋਰੋਜ਼ ਦੀ ਗੱਲ ਕਰੀਏ ਤਾਂ ਹਰ ਜਗ੍ਹਾ 150 ਤੋਂ 200 ਮੌਤਾਂ ਹੋ ਰਹੀਆਂ ਨੇ ਤੇ ਉਹਨਾਂ ਦੇ ਬਾਹਰ ਜਿਹੜੇ ਨੇ ਰੀਫ੍ਰਿਜਰੇਟਰ ਜਿਹੜੇ ਟਰੱਕ ਨੇ ਉਹ ਲਿਆ ਕੇ ਖੜੇ ਕਰ ਦਿੱਤੇ ਗਏ ਨੇ ਤੇ ਇੱਥੇ ਮਨਹਟਨ ਸ਼ਹਿਰ ਦੇ ਵਿੱਚ ਜਿੱਥੇ ਡੈਡ ਬੋਡੀਜ਼ ਰੱਖੀਆਂ ਜਾਂਦੀਆਂ ਨੇ ਬੈਲਵਿਊ ਹਸਪੀਟਲ ਦੇ ਨੇੜੇ 28th Street ਐਂਡ 1st Avenue ਦੇ ਨੇੜੇ ਉੱਥੇ ਘੱਟੋ ਘੱਟ ਨੀ 5 ਤੋਂ 6 ਜਿਹੜੇ ਰੈਫ੍ਰਿਜਰੇਟਰ ਰੋਜ਼ ਭਰ ਕੇ ਲਿਜਾਂਦੇ ਨੇ। ਇੱਕ ਹਾਰਟ ਆਈਲੈਂਡ ਆ ਬ੍ਰੋਂਸ ਦੇ ਵਿੱਚ ਉੱਥੇ ਹਾਰਟ ਆਈਲੈਂਡ ਆ ਉੱਥੇ ਜਿਹੜੇ 14 ਦਿਨ ਤੱਕ ਕਿਸੇ ਬੋਡੀ ਨੂੰ ਕਲੇਮ ਨਹੀਂ ਕਰਦੇ ਉਹਨਾਂ ਦੀਆਂ ਡੈਡ ਬੋਡੀਜ਼ ਜਿਹੜੀਆਂ ਨੇ 14 ਦਿਨ ਤੋਂ ਬਾਅਦ ਉੱਥੇ ਦੱਬ ਦਿੱਤੀਆਂ ਜਾਂਦੀਆਂ ਨੇ। ਮਹੀਨੇ ਜਾਂ 2 ਮਹੀਨੇ ਜਾਂ 6 ਮਹੀਨੇ ਤੱਕ ਜੇ ਕੋਈ ਕਲੇਮ ਕਰਨਾ ਚਾਹੁੰਦਾ ਉਸਦੀ ਬੋਡੀ ਉਸਨੂੰ ਦਿੱਤੀ ਜਾਵੇਗੀ ਪਰ ਜੇ ਕੋਈ ਕਲੇਮ ਕਰਦਾ ਆ ਪੈਸਾ ਖਰਚਣਾ ਚਾਹੁੰਦਾ ਆ ਉਹਨਾਂ ਨੂੰ ਆਨਲਾਈਨ ਸੁਵਿਧਾ ਦਿੱਤੀ ਗਈ ਹੈ ਉਹ ਆਪਣੇ ਰੀਤੀ ਰਿਵਾਜ਼ਾਂ ਦੇ ਨਾਲ ਡੈਡ ਬੋਡੀ ਦਾ ਜਿਹੜਾ ਸੰਸਕਾਰ ਕਰ ਸਕਦੇ ਨੇ ਜੀ। ਜੀ ਬਿਲਕੁਲ ਇਹ ਕਾਫੀ ਗੰਭੀਰ ਸਮੱਸਿਆ ਕਿਉਂਕਿ ਇਸ ਵੇਲੇ ਜਿਹੜੀਆਂ ਬਹੁਤ ਆਪਾਂ ਕਹਿ ਸਕਦੇ ਹਾਂ ਦਿਲ ਨੂੰ ਵਲੂੰਦਰ ਵਾਲੀਆਂ ਜਿਹੜੀਆਂ ਖਬਰਾਂ ਉੱਥੋਂ ਸਾਹਮਣੇ ਆ ਰਹੀਆਂ ਨੇ ਤੇ ਇਸ ਕਰਕੇ ਕਾਫੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ। ਬਹੁਤ ਸਾਰੀਆਂ ਖਬਰਾਂ ਅਜਿਹੀਆਂ ਫੈਲ ਰਹੀਆਂ ਨੇ ਕਿ ਹੁਣ ਰਾਸ਼ਟਰਪਤੀ ਦੀ ਕਾਰਜ ਗੁਜ਼ਾਰੀ ਜਿਹੜੀ ਹੈ ਉਸ 'ਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਅਜਿਹੀਆਂ ਖਬਰਾਂ ਲੋਕਾਂ ਦੇ ਵਿੱਚ ਨੇ ਕਿ ਉੱਥੋਂ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਦੇ ਖਿਲਾਫ ਹੁਣ ਲੋਕਾਂ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਕਿ ਜਿਹੜੀ ਪ੍ਰੈਜ਼ੀਡੈਂਟ ਦੇ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਵੇਲੇ ਅਮਰੀਕਾ ਦੇ ਕਿ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਉੱਥੇ?
हाँ जी बिल्कुल, मानयोग राष्ट्रपति डोनाल्ड ट्रंप साहब पूरे सवालों के घेरे दे विच ने। तुसीं जिन्नियां भी लाइव प्रेस कॉन्फ्रेंसिस पिछले एक दो वीकां दे दौरान होईयां ने, राष्ट्रपति हुणां नूं अपने आप भी यह महसूस हो रहा है कि जिहड़ी स्थिति अमेरिका की है, अमेरिका नूं सुप्रीम पावर मन्निया जांदा वर्ल्ड की, उन्हां दे हत्थों खुस गई है। इस टाइम मूहरे चोणां भी सिर ते ने नवंबर दे विच, ते राष्ट्रपति साहब जां तां चोणां की हड़बराहट दे विच कोई ना कोई नवां बयान दिंदे रहिंदे ने। पिछले दो दिन पहलां एक रिप्रेजेंटेटिव रिपब्लिकन दे सीगे अपने लोरेन, उन्होंने ट्वीट किया कि जिहड़े अमेरिका आ फेल हो गया है, अमेरिका दे जिहड़े राष्ट्रपति साहब आ इस स्थिति नूं संभालण दे विच फेल हो चुके ने, ते राष्ट्रपति साहब ने ट्वीट कर दिता ते उहदा रीट्वीट करदे होए उन्होंने कहा कि इट्स टाइम टू फायर द डॉक्टर एंथनी फौची, ते जिस ते भी लोगों ने बहुत ज्यादा इतराज जताया क्योंकि डॉक्टर फौची जिहड़े ने डिसीज दे जिहड़े माहर ने, ते व्हाइट हाउस की टास्क फोर्स के मैंबर भी ने, उन्हां दी जिहड़ी लोकप्रियता है 76% अमेरिका की धरती से, उत्ते राष्ट्रपति साहब की जिहड़ी लोकप्रियता है घट के 46% रह गई है। ते राष्ट्रपति साहब का जिहड़े डोनाल्ड ट्रंप साहब ने उन्हां दा अपने गवर्नर्स दे नाल 50 स्टेट्स के गवर्नर दे नाल भी खिचोतान चल रही है। स्पैशली न्यूयॉर्क के गवर्नर मिस्टर एंड्रियो कोमो ने राष्ट्रपति साहब नूं इत्थों तक कह दिता कि तुसीं इस देश दे राजा नहीं हो, तुसीं इस देश दे राष्ट्रपति हो, लोगों द्वारा चुने गए राष्ट्रपति हो, जे तुसीं अमेरिका नूं रीओपन करन दी सोचदे हो तां असीं तुहानूं कोर्ट दे विच लैके जावांगे, असीं तुहाडा कोर्ट दे विच जाके असीं केस करांगे, तुहाडे उत्ते सू करांगे जी। इह जिहड़ी खिचोतान आ फैडरल ते स्टेटां दे विच बहुत ज्यादा बनी हुई है, ते प्रधान राष्ट्रपति साहब अपने वल्लों तां पूरा कह रहे ने कि मैं स्टेटां दी जिथे तक हो सके मदद कीती, पर मदद जिहड़ी करन दे बावजूद स्थिति बाहर हो चुकी है। अमेरिका दी धरती दे उत्ते हजारां दी गिणती दे विच लोक तड़फ रहे ने, हस्पतालां दे विच मर रहे ने, जिहड़ी स्थिति बहुत नाजुक बनी हुई है इत्थे दी जी। जी बिल्कुल, जिदा तुसीं गल कीती ये भी कितना कितने भेदभाव सामने आ रहा कि जिहड़ियां स्टेटां दे विच जिहड़ियां सिटीआं दे विच मेयर होर पार्टी दे ने उत्थे तां बिल्कुल भी ध्यान नहीं दिता जा रहा, इसे करके काफ़ी खिचोतान जिहड़ा सियासी तौर पर भी बनता नज़र आ रहा हूँ। हाँ जी जरूर बनता नजर आ रहा, तकरीबन अज जे आप गल करिए कि हर स्टेट दे विच वेंटीलेटर की लोड़ है क्योंकि जिहड़ा रेस्पिरेटरी सिस्टम है इत्थे जिहड़ी 911 की सेवा है वह भी बहुत ज्यादा वड्डे पद्धर से प्रभावित हुई है। वह भी जदों कोई बंदा पॉजिटिव पाया जाता है उन्हों की ज्यादातर कोशिश होंगी है कि बंदा अपने घर के ही अपने आप में 14 दिन लिए क्वारंटीन करे, पर जदों हद तो बाहर ब्रीथ लैण के सह लैण के बहुत ज्यादा प्रॉब्लम हो जाए उदों ही वो फिर हॉस्पिटल लैके जाते हैं। जिहड़े न्यूयॉर्क के 5 बोरो ने न्यूयॉर्क उत्थे जी कपैसिटी फुल है वह हुण ज्यादातर अप स्टेट या दूसरे हॉस्पिटल जिथे कपैसिटी हैगी उत्थे लैके जा रहे हैं। ते एक नाल एक लॉस एंजलस दे विच जिहड़ा इन्हें दो शिप खड़े किए थे नेवी दे, एक लॉस एंजलस दे विच मर्सी शिप जिहड़े ने, एक न्यूयॉर्क दे विच उत्थे भी जिहड़े 11 जिहड़े उन्हां दे अमली ने, जिहड़े 11 डॉक्टरी अमले दे लोक ने वो पॉजिटिव पाए गए ने जी। 11 दे विच 3 तां ठीक हो गए ने, 8 अजे भी बीमार ने जी। जे असीं गल करिए इन्ने गंभीर हालात बने हुए ने अमेरिका दे विच, तां उस वेले अमेरिका दे प्रेजिडेंट जो पत्रकारों के मुखातिब होंगे ने तो यह गल कहें कि असी WHO जी फंडिंग कर रहे हैं वह रोक रहे हैं, इस बयान के मायने की समझिए क्योंकि उस तो बाद WHO का भी यह बयान आता कि जोड़े हालात इस वे बनते जा रहे हैं अजिहे हालातों के अजिहे कोई भी कदम नहीं चुकने चाहिए, इस दे बारे बाद गल की जा सकती है, तो इन बयान किमें देखिए कि इन्नी गंभीर स्थिति बनी हुई है तो उपरों अजिहे बयान जोड़े आने तो इन्हों किमें देखिए असी। WHO जिहड़ी संस्था है UNO की एक संस्था, वर्ल्ड हैल्थ ऑर्गेनाइजेशन UNO के अकॉर्डिंगली काम करती है। 7 अप्रैल 1948 WHO होंद में आई, जिसनों 24 जुलाई 1948 अमलीजामा पहनाया गया। तो इस पूरे वर्ल्ड जे आप गल करिए जनेवा स्विट्जरलैंड इन्हों का हैडक्वाटर है, न्यू अमेरिका के वाशिंगटन के इंडिया के साउथ दिल्ली के है। तो ट्रंप साहब मानजोग राष्ट्रपति ट्रंप साहब जो अमेरिका की गल करते हैं तो अमेरिका 40 to 50 crore की सालाना फंडिंग WHO करता है, तो उन्होंने इतने हम इतराज है कि WHO ने कोई बहुत ही वधिया भूमिका नहीं निभाई, जो चीन का डाटा से उसको निरपक्ष पूरी दुनिया के नहीं लिया, निरपक्ष होकर उसने अपनी भूमिका निभाने फेल हो चुके ने। अमेरिका उन्होंने पूरी सूचना नहीं दी जिस करके अमेरिका की यहोजी स्थिति बनी है, उन्होंने जी फंडिंग है रोक दी गई है। उन्होंने यह भी लगता है कि जो WHO इस टाइम चीन की मदद कर रहा है क्योंकि चीन कला 4 crore की सालाना मदद करता है WHO की, तो अमेरिका जी 40 to 50 crore की करता है, तो वो करके भी ये जो सिटे सामने आ रहे हैं। पर WHO के जोड़े हैड ने जो उन्होंने ये लगता है कि ये चीन के पक्षी हुए ने, अमेरिका के ना पक्षी का रवैया अपना रहे हैं जी।
जी ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਪਹਿਲਾਂ ਵੀ ਇੱਕ ਵਾਰ, ਉਦੋਂ ਅਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਇੱਕ ਪੰਜਾਬੀ ਭਾਈਚਾਰੇ ਦਾ ਕਿਹੋ ਜਿਹਾ ਹਾਲ ਹੈ ਇਸ ਵੇਲੇ ਅਮਰੀਕਾ ਦੀ ਧਰਤੀ 'ਤੇ, ਤਾਂ ਹੁਣ ਇਸ ਵੇਲੇ ਤਾਜ਼ਾ ਅਪਡੇਟ ਕੀ ਹੈ ਕਿ ਪੰਜਾਬੀ ਭਾਈਚਾਰਾ ਇਸ ਵੇਲੇ ਬਚਿਆ ਹੋਇਆ ਇਸ ਚੀਜ਼ ਤੋਂ, ਜਾਂ ਹੁਣ ਉਹ ਵੀ ਕਿਤੇ ਨਾ ਕਿਤੇ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆਉਣ ਲੱਗ ਗਿਆ, ਕਿਉਂਕਿ ਜਿਹੜੀ ਗਿਣਤੀ ਹੈ ਉਹ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਹੈ ਪੀੜਤਾਂ ਦੀ, ਅਤੇ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਹਜ਼ਾਰਾਂ ਦੇ ਵਿੱਚ ਹੈ, ਤਾਂ ਇਸ ਵੇਲੇ ਪੰਜਾਬੀ ਭਾਈਚਾਰਾ ਕਿੰਨਾ ਕੁ ਬਚ ਸਕਿਆ ਇਸ ਬਿਮਾਰੀ ਤੋਂ ਅਮਰੀਕਾ ਦੀ ਧਰਤੀ 'ਤੇ? ਜੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਨਿਊਯਾਰਕ ਜਾਂ ਨਿਊ ਜਰਸੀ ਦੀ ਗੱਲ ਕਰੀਏ ਤਾਂ ਪੰਜਾਬੀ ਭਾਈਚਾਰਾ ਵੀ ਵੱਡੇ ਪੱਧਰ ਤੇ ਇਸ ਦੀ ਲਪੇਟ ਦੇ ਵਿੱਚ ਆ ਚੁੱਕਾ ਆ। ਹਰ ਰੋਜ਼ ਕਿਸੇ ਨਾ ਕੋਈ ਖਬਰ ਮਿਲਦੀ ਹੈ ਜਿਸ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਇਸ ਨਾਮਰਾਦ ਬਿਮਾਰੀ ਦੇ ਸ਼ਿਕਾਰ ਹੋ ਰਹੇ ਨੇ। ਹਾਸਪਿਟਲ ਜਿਹੜੇ ਰਿਚਮੰਡ ਹਿੱਲ ਏਰੀਆ, ਬੈਲਰੋਜ਼ ਏਰੀਆ, ਵੈਲੀ ਸਟ੍ਰੀਮ ਏਰੀਆ, ਜਿਹੜੇ ਜਿੱਥੇ ਜ਼ਿਆਦਾ ਪੰਜਾਬੀਆਂ ਦਾ ਗੜ੍ਹ ਨਿਊਯਾਰਕ ਦੇ ਵਿੱਚ ਮੰਨਿਆ ਜਾਂਦਾ ਆ, ਉੱਥੋਂ ਖਬਰਾਂ ਬਹੁਤ ਜ਼ਿਆਦਾ ਮਾੜੀਆਂ ਹੀ ਆ ਰਹੀਆਂ ਨੇ। ਹਰ ਰੋਜ਼ ਕਿਸੇ ਨਾ ਕੋਈ ਖਬਰ ਸਾਹਮਣੇ ਆ ਰਹੀ ਆ, ਤੇ ਜਿਸ ਦੇ ਵਿੱਚ ਜ਼ਿਆਦਾਤਰ ਗਿਣਤੀ ਯੰਗ ਵੀ 29, 27, 44, 50 ਸਾਲਾਂ ਦੇ ਜਿਹੜੇ ਸਾਡੇ ਲੋਕ ਨੇ ਉਹ ਵੀ ਇਸ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਇਹ ਮੌਤ ਨੂੰ ਗਲੇ ਲਾ ਬੈਠੇ ਨੇ ਜੀ। ਤੀਰੇ ਜੀ, ਜੇ ਤੁਹਾਡੇ ਤੋਂ ਅੰਕੜਿਆਂ ਦੀ ਗੱਲ ਕਰੀ ਕਿ ਕੋਈ ਅੰਕੜਾ ਮਿਲ ਸਕੇ ਹੁਣ ਤੱਕ ਵੀ ਕਿੰਨੇ ਕੁ ਪੰਜਾਬੀ ਇਸ ਬਿਮਾਰੀ ਨਾਲ ਲਪੇਟ ਦੇ ਵਿੱਚ ਆ ਚੁੱਕੇ ਨੇ ਤੇ ਕਿੰਨੇ ਕੁ ਦੀ ਮੌਤ ਹੋ ਚੁੱਕੀ ਹੈ, ਖਾਸ ਕਰਕੇ ਸਿਰਫ ਪੰਜਾਬੀ ਭਾਈਚਾਰੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਬਾਰੇ ਕੋਈ ਅੰਕੜਾ ਮਿਲਿਆ ਤੁਹਾਨੂੰ? ਹਾਂਜੀ, ਅੰਕੜੇ ਹੈਗੇ ਨੇ। ਜੇ ਆਪਾਂ ਪੂਰੇ ਅਮਰੀਕਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, 76% ਵਾਈਟ ਪਾਪੂਲੇਸ਼ਨ ਇੱਥੇ ਪਾਈ ਜਾਂਦੀ ਹੈ ਤੇ 13.5% ਜਿਹੜੇ ਅਫਰੀਕਨ ਅਮੈਰੀਕਨ ਅਫਰੀਕਨ ਪਾਏ ਜਾਂਦੇ ਨੇ, ਤੇ 12% ਦੇ ਨੇੜੇ ਤੇਰੇ ਹਿਸਪੈਨਿਕ ਨੇ। ਜਦੋਂ ਆਪਾਂ ਏਸ਼ੀਅਨ ਲੋਕਾਂ ਦੀ ਗੱਲ ਕਰਦੇ ਨੇ, ਉਹ ਸਿਰਫ 5.99% ਅਮਰੀਕਾ ਦੀ ਧਰਤੀ ਤੇ ਏਸ਼ੀਅਨ ਆ, ਜਿਹਦੇ ਵਿੱਚ ਪੂਰੇ ਏਸ਼ੀਆ ਦੇ ਲੋਕ ਆ ਜਾਂਦੇ ਨੇ। ਤੇ ਜੇ ਪੰਜਾਬੀਆਂ ਦੀ ਗੱਲ ਕਰੀਏ, ਕੋਈ ਇੰਨਾ ਜ਼ਿਆਦਾ ਡਾਟਾ ਨਹੀਂ ਹੈ, ਪਰ 1% ਦੇ ਨੇੜੇ ਤੇੜੇ ਪੰਜਾਬੀ ਜਾਂ ਪਾਕਿਸਤਾਨੀ ਭਾਈਚਾਰੇ ਦੇ ਲੋਕ ਮਰ ਰਹੇ ਨੇ। ਪਰ ਜੇ ਆਪਾਂ ਤਕਰੀਬਨ ਪਿਛਲੇ 2 ਕੁ ਵੀਕਾਂ ਦੀ ਗੱਲ ਕਰੀਏ, 20 ਤੋਂ 22 ਮੌਤਾਂ ਕੁਈਨਸ ਦੇ ਵਿੱਚ ਹੋ ਚੁੱਕੀਆਂ ਨੇ ਜੀ। ਤੇ ਨਿਊ ਜਰਸੀ ਦੇ ਵਿੱਚ ਜੇ ਗੱਲ ਕਰੀਏ ਭਾਰਤੀ ਲੋਕਾਂ ਦੀ, ਪਿਛਲੇ 2 ਦਿਨ ਪਹਿਲਾਂ ਡਾਕਟਰ ਪ੍ਰਿੰਕਾ ਖੰਨਾ, ਜੋ 43 ਸਾਲਾਂ ਦੇ ਡਾਕਟਰ ਸਨ, ਉਹਨਾਂ ਦੀ ਵੀ ਮੌਤ ਹੋ ਗਈ ਹੈ ਜੀ। ਬੇਹੱਦ ਦੁਖਦ ਗੱਲ ਹੈ ਸਾਡੇ ਲਈ ਵੀ, ਅਸੀਂ ਜਿਸ ਮੁਲਕ ਦੇ ਵਿੱਚ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਚੰਗੇ ਭਵਿੱਖ ਦੇ ਲਈ ਗਏ ਹੋਏ, ਅਤੇ ਉੱਥੇ ਵੀ ਜਦੋਂ ਇੱਦਾਂ ਦੇ ਹਾਲਾਤ ਬਣ ਜਾਣ, ਅਜਿਹੇ ਹਾਲਾਤ ਪੈਦਾ ਹੋ ਜਾਣ, ਤਾਂ ਕਾਫੀ ਨਿਰਾਸ਼ਾ ਹੁੰਦੀ ਹੈ। ਪਰ ਜੇ ਅਸੀਂ ਹੁਣ ਲਗਾਤਾਰ ਇੱਕ ਇਹ ਵੀ ਸਵਾਲ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਸ਼ਿਸ਼ਾਂ ਕਿਸ ਪੱਧਰ 'ਤੇ ਹੋ ਰਹੀਆਂ ਨੇ, ਕਿ ਕੋਸ਼ਿਸ਼ਾਂ ਉਸ ਪੱਧਰ 'ਤੇ ਹੁਣ ਵੀ ਹੋਣੀਆਂ ਸ਼ੁਰੂ ਹੋਈਆਂ ਨੇ। ਇੱਕ ਤਾਂ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਸੀ ਕਿ ਪ੍ਰੈਜ਼ੀਡੈਂਟ ਨੇ ਲੇਟ ਫੈਸਲੇ ਲਏ ਨੇ ਜਿੰਨੇ ਵੀ ਲਏ ਨੇ, ਤਾਂ ਹੁਣ ਇਸ ਵੇਲੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਕਿ ਹੁਣ ਕੋਸ਼ਿਸ਼ਾਂ ਉਸ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ? ਆਪਣੇ ਵੱਲੋਂ ਤਾਂ ਜਿਹੜੇ ਨਿਊਯਾਰਕ ਦੇ ਹਸਪੀਟਲ ਡਾਕਟਰ ਨਰਸਿਸ ਨੇ, ਜਾਂ ਆਪਾਂ ਕਹਿ ਲਈਏ ਨਿਊਯਾਰਕ ਦੇ ਗਵਰਨਰ ਨੇ ਮਿਸਟਰ ਡੀ ਡਬਲਾਸੀਓ, ਤੇ ਨਿਊਯਾਰਕ ਦੇ ਸੋਰੀ ਜਿਹੜੇ ਗਵਰਨਰ ਨੇ ਮਿਸਟਰ ਐਂਡਰਿਊ ਕੋਮੋ, ਤੇ ਮੇਅਰ ਨਿਊਯਾਰਕ ਸਿਟੀ ਦੇ ਨੇ ਡਬਲਾਸੀਓ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ। ਹਰ ਰੋਜ਼ ਪ੍ਰੈਸ ਦੇ ਵੀ ਹਰ ਰੋਜ਼ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਵੀ ਸਾਹਮਣੇ ਆਉਂਦੀਆਂ ਨੇ। ਵੈਂਟੀਲੇਟਰਸ ਦੀ ਵੀ ਕਮੀ ਨਿਊਯਾਰਕ ਤੇ ਅਮਰੀਕਾ ਦੀ ਧਰਤੀ ਤੇ ਪਾਈ ਜਾ ਰਹੀ ਆ। ਪਰ ਜਿਹੜੀਆਂ ਆਪਾਂ ਪਿੱਛੇ ਜੇ ਇੰਡੀਆ ਨੇ ਤਕਰੀਬਨ $29 ਮਿਲੀਅਨ ਦੀ ਜਿਹੜੀ ਹਾਈਡਰੋਕਲੋਰੋਕਲੀਨ ਦਵਾਈ ਜਿਹੜੀ ਇੱਥੇ ਅਮਰੀਕਾ ਨੂੰ ਭੇਜੀ ਸੀ, ਉਸਦੇ ਕਿ ਬਹੁਤੇ ਜਿਹੜੇ ਸਿੱਟੇ ਆ ਕਾਰਗਰ ਨਹੀਂ ਸਾਹਮਣੇ ਆ ਰਹੇ, ਕਿਉਂਕਿ ਜਦੋਂ ਤੁਸੀਂ ਉਸਦੀ ਡੋਜ਼ ਲੈਂਦੇ ਹੋ ਹਾਈਡਰੋਕਲੋਰੋਕਲੀਨ ਜਾਂ ਜੀ ਇਹ ਐਂਟੀਬਾਇਓਟਿਕਸ ਜਿਹੜੀ ਮੈਡੀਸਨ ਤੁਸੀਂ ਲੈਂਦੇ ਹੋ ਐਜ਼ਰਾਮਾਈਸਿਨ, ਤੇ ਉਦੋਂ ਉਹਨੂੰ ਮੋਨੀਟਰ ਕਰਨਾ ਪੈਂਦਾ, ਹਾਈਡਰੋਕਲੋਰੋਕਲੀਨ ਖਾਣ ਨੂੰ ਬਾਅਦ ਉਹਨੂੰ ਮੋਨੀਟਰ ਕਰਨਾ ਪੈਂਦਾ। ਉਹ ਡਾਕਟਰਾਂ ਦੇ ਤੁਸੀਂ ਹੋਸਪਿਟਲ ਦੇ ਵਿੱਚ ਉਸ ਦਵਾਈ ਨੂੰ ਡੋਜ਼ ਨੂੰ ਲੈ ਸਕਦੇ ਹੋ, ਪਰ ਘਰਾਂ ਦੇ ਵਿੱਚ ਨਹੀਂ ਲੈ ਸਕਦੇ। ਪਰ ਕੋਈ ਬਹੁਤੇ ਕਾਰਗਰ ਸਿੱਟੇ ਇਸ ਦੇ ਸਾਹਮਣੇ ਨਹੀਂ ਆਏ। ਅਮਰੀਕਾ ਦੀ ਧਰਤੀ ਤੇ ਜਿਹੜੀ ਰਿਕਵਰੀ ਹੈ ਉਹ 23% ਦੇ ਨੇੜੇ ਤੇੜੇ ਹੋ ਰਹੀ ਹੈ ਜੀ। ਜੀ ਬਿਲਕੁਲ, ਕਿਉਂਕਿ ਅਮਰੀਕਾ ਨੇ ਬਹੁਤ ਸਾਰੇ ਵਾਰ ਜਦੋਂ ਵੀ ਇੱਦਾਂ ਦੇ ਹਾਲਾਤ ਪੈਦਾ ਹੋਏ ਨੇ, ਜਾਂ ਅਸੀਂ ਜੇ ਆਪਣੇ ਪਿਛੋਕੜ ਦੀ ਗੱਲ ਕਰ ਲਈਏ ਜਾਂ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ, ਜਦੋਂ ਪਹਿਲਾਂ ਵੀ ਇੱਦਾਂ ਦੀਆਂ ਮਹਾਂਮਾਰੀਆਂ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਆਈਆਂ ਵੱਖ ਵੱਖ ਥਾਵਾਂ 'ਤੇ, ਅਮਰੀਕਾ 'ਤੇ ਵੀ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਅਮਰੀਕਾ ਨੇ ਕਦੇ ਵੀ ਕਿਸੇ ਵੈਕਸੀਨ ਨੂੰ ਜ਼ਿਆਦਾ ਮਾਨਤਾ ਨਹੀਂ ਦਿੱਤੀ, ਅਤੇ ਇਸ ਵੇਲੇ ਉਹੀ ਹਾਲਾਤ ਦੁਬਾਰਾ ਬਣਦੇ ਨਜ਼ਰ ਆ ਰਹੇ ਨੇ ਕਿ ਇਸ ਵੈਕਸੀਨ ਨੂੰ ਵੀ ਇਹ ਜਿਹੜੀ ਨੂੰ ਇੰਡੀਆ ਦੇ ਵਿੱਚ ਇੱਕ ਹਿਸਾਬ ਦੇ ਨਾਲ ਵਰਤਿਆ ਜਾ ਰਿਹਾ, ਮਲੇਰੀਆ ਦੀ ਦਵਾਈ ਹੋ ਗਈ ਜਾਂ ਏਡਸ ਦੀ ਦਵਾਈ ਹੋ ਗਈ, HIV ਦੀ, ਜਾਂ ਇੱਦਾਂ ਦੀਆਂ ਜਿਹੜੀਆਂ 3-4 ਚੀਜ਼ਾਂ ਪਹਿਲਾਂ ਭਾਰਤ ਦੇ ਵਿੱਚ ਹਮਲਾ ਕਰ ਚੁੱਕੀਆਂ ਨੇ ਜਾਂ ਵਿਸ਼ਵ ਭਰ ਦੇ ਵਿੱਚ ਹਮਲਾ ਕਰ ਚੁੱਕੀਆਂ ਨੇ, ਉਹਨਾਂ ਨੂੰ ਮਿਲਾ ਕੇ ਇੱਕ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤਾਂ ਉਹਦਾ ਕਿਤੇ ਨਾ ਕਿਤੇ ਇੱਥੇ ਰਿਕਵਰੀ ਹੋ ਰਹੀ ਆ ਭਾਰਤ ਦੇ ਵਿੱਚ, ਪਰ ਅਮਰੀਕਾ ਦੇ ਵਿੱਚ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਵੀ ਦੁਬਾਰਾ ਮਾਨਤਾ ਮਿਲੂਗੀ, ਕੋਈ ਇਸ ਤਰੀਕੇ ਦਾ ਕੋਈ ਸਿੱਟਾ ਹਾਲੇ ਨਜ਼ਰ ਨਹੀਂ ਆ ਰਿਹਾ। ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਕਿ ਇੱਥੇ ਇੱਕ ਖੁਸ਼ੀ ਦੀ ਗੱਲ ਹੈ ਕਿ ਕੇਰਲਾ ਜਿਹੜੀ ਸਟੇਟ ਆ, ਜਿਹੜੀ ਕਿ ਕਾਮਨ ਸਟੇਟ ਆ, ਉੱਥੇ ਜਿਹੜੇ ਹੈਲਥ ਮਿਨਿਸਟਰ ਨੇ ਕੁਮਾਰੀ ਕੇ ਸ਼ੈਲੀਜਾ, ਉਹਨਾਂ ਨੇ ਬਹੁਤ ਵਧੀਆ ਵੱਡੇ ਪੱਧਰ ਦੇ ਉੱਤੇ ਇਸ ਬਿਮਾਰੀ ਨੂੰ ਰੋਕਥਾਮ ਕੀਤੀ ਆ। ਕੇਰਲਾ ਦੇ ਵਿੱਚ 52% ਲੋਕਾਂ ਦੀ ਰਿਕਵਰੀ ਹੋ ਰਹੀ ਆ, ਉਹ ਬਹੁਤ ਵਧੀਆ ਉਹਨੇ ਕੰਟਰੋਲ ਕੀਤਾ ਹੋਇਆ ਆ, ਤੇ ਇੱਥੇ ਉਹਨਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਆ। ਜੇ ਜਦੋਂ ਆਪਾਂ ਨਵੇਂ ਸ਼ਹਿਰ ਦੀ ਜੇ ਪੰਜਾਬ ਦੇ ਵਿੱਚ ਗੱਲ ਕਰੀਏ, ਉੱਥੇ ਵੀ ਬਹੁਤ ਵਧੀਆ
ਪਠਲਾਵੇ ਵਾਲੇ ਜਿਹੜੇ ਬਲਦੇਵ ਸਿੰਘ ਹੋਣੀ ਸੀ ਉਹਨਾਂ ਦੇ ਪਰਿਵਾਰ ਦੀ ਰਿਕਵਰੀ ਕਰ ਲਈ ਗਈ ਹੈ। ਉੱਥੇ ਵੀ 11% ਪੰਜਾਬ ਦੇ ਵਿੱਚ ਰਿਕਵਰੀ ਹੋ ਰਹੀ ਹੈ, ਦਿੱਲੀ ਦੇ ਵਿੱਚ 2% ਹੋ ਰਹੀ ਹੈ। ਜਦੋਂ ਆਪਾਂ ਪੂਜਾ ਪੂਰੇ ਬਾਕੀ ਭਾਰਤ ਦੀ ਗੱਲ ਕਰਦੇ ਹਾਂ ਤਾਂ 11% ਰਿਕਵਰੀ ਹੁੰਦੀ ਹੈ। ਜਿਹੜੀ ਹਾਈਡਰੋਕਲੋਰੋਕਲੀਨਾਂ ਜਾਂ ਜਿਹੜੀਆਂ ਏਡਜ਼ ਦੀਆਂ ਦਵਾਈਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਪਿੱਛੇ ਜੇ ਰਿਪੋਰਟ ਆਈ ਹੈ ਉਹਦੇ ਵਿੱਚ ਕੋਈ ਵਧੀਆ ਕਾਰਗਰ ਸਿੱਟੇ ਦੇ ਸਾਹਮਣੇ ਨਹੀਂ ਆਏ ਕਿ ਬੰਦਾ 14 ਦਿਨ ਦੇ ਵਿੱਚ ਜਿਹੜਾ ਵੀ ਪੇਸ਼ੈਂਟ ਇਸ ਤਰ੍ਹਾਂ ਹੁੰਦਾ ਉਸਦੀ ਖੁਦ ਹੀ ਰਿਕਵਰੀ ਹੁੰਦੀ ਆ। ਤੇ ਜਿਹੜੀ ਹਾਈਡਰੋਕਲੋਰੋਕਲੀਨਾਂ ਉਹਦੇ ਨਾਲ ਕਾਰਡੀਅਕ ਅਰੈਸਟ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ। ਤੇ ਜਿੱਥੇ ਵੀ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹਾਈਡਰੋਕਲੋਰੋਕਲੀਨ ਯੂਜ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਨਾਲ ਹੀ ਗੱਲ ਫਿਰ ਉੱਥੇ ਆਉਂਦੀ ਹੈ ਕਿ ਪੇਸ਼ੈਂਟਸ ਨੂੰ ਮੋਨੀਟਰ ਕੀਤਾ ਜਾਂਦਾ ਹੈ ਜੀ। ਬਿਲਕੁਲ, ਇਸ ਦੇ ਨਾਲ ਹੀ ਹੁਣ ਦਿੱਲੀ ਦੇ ਅੱਜ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਹੁਣ ਇੱਕ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਲਾਜ਼ਮਾ ਨੂੰ ਟ੍ਰਾਂਸਫਰ ਕਰਕੇ ਜਿਹੜੇ ਪੇਸ਼ੈਂਟ ਠੀਕ ਹੋ ਚੁੱਕੇ ਨੇ ਉਹਨਾਂ ਦੇ ਬਾਡੀ ਦੇ ਵਿੱਚੋਂ ਪਲਾਜ਼ਮਾ ਟ੍ਰਾਂਸਫਰ ਕਰਕੇ ਇਸ ਦਾ ਐਕਸਪੈਰੀਮੈਂਟ ਕੀਤਾ ਜਾਵੇ ਤਾਂ ਜੋ ਇਸ ਦੇ ਜਿਹੜੇ ਨਤੀਜੇ ਨੇ ਉਹ ਚੰਗੇ ਆ ਸਕਣ ਅਤੇ ਇਸ ਬਿਮਾਰੀ ਦੀ ਕੋਈ ਨਾ ਕੋਈ ਰੋਕਥਾਮ ਹੋ ਸਕੇ। ਧੀਰਜ ਜੀ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਇੱਦਾਂ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਕਿ ਕੁਝ ਜਿਹੜੇ ਅਮੈਰੀਕਾ ਦੀ ਗਵਰਨਮੈਂਟ ਦੇ ਵਿੱਚ ਰਿਪ੍ਰੈਜੈਂਟੇਟਿਵ ਨੇ, ਜੇ ਉਹ ਕੋਈ ਵੀ ਬਿਆਨ ਮੀਡੀਆ ਦੇ ਵਿੱਚ ਆਣ ਕੇ ਦਿੰਦੇ ਨੇ ਜਾਂ ਟਵਿੱਟਰ 'ਤੇ ਕੋਈ ਟਵੀਟ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਹੁਣ ਕਿਤੇ ਨਾ ਕਿਤੇ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਜੇ ਉਹ ਕੋਈ ਸੱਚਾਈ ਸਾਹਮਣੇ ਰੱਖਦੇ ਨੇ। ਕੀ ਇੱਦਾਂ ਦੀ ਵੀ ਕੋਈ ਖਬਰ ਹੈ ਤੁਹਾਡੇ ਕੋਲ? ਹਾਂਜੀ, ਕਿਉਂਕਿ ਆਪਾਂ ਪੂਰੇ ਜੇ ਵਰਲਡ ਲੈਵਲ ਅੱਜ ਪੂਰੇ ਵਰਲਡ ਦੀਆਂ ਨਿਗਾਹਾਂ ਜਿਹੜੀਆਂ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਦੇ ਟਿਕੀਆਂ ਹੁੰਦੀਆਂ ਕਿ ਕੀ ਉਹ ਬਿਆਨ ਦਿੰਦੇ ਨੇ, ਜ਼ਿਆਦਾਤਰ ਟਵਿੱਟਰ ਦਾ ਇਸਤੇਮਾਲ ਕਰਦੇ ਨੇ ਤੇ ਜਦੋਂ ਵੀ ਕੋਈ ਨਾ ਕੋਈ ਟਵੀਟ ਕਰ ਦਿੰਦੇ ਨੇ ਤੇ ਲੋਕਾਂ ਨੂੰ ਹੜਕਮ ਜਿਹੀ ਮਚ ਜਾਂਦੀ ਹੈ। ਜਿਹਨਾਂ ਦੀਆਂ ਆਪਣੀਆਂ ਰਾਸ਼ਟਰਪਤੀ ਸਾਹਿਬ ਫੇਲ ਹੋ ਚੁੱਕੇ ਨੇ ਇਹ ਗਵਰਨਰਸ ਦੇ ਨਾਲ ਡੀਲ ਕਰਨ ਦੇ ਵਿੱਚ, ਜਿੱਥੇ ਜਿੱਥੇ ਜ਼ਿਆਦਾਤਰ ਡੈਮੋਕ੍ਰੇਟ ਗਵਰਨਰਸ ਨੇ ਜਾਂ ਰਿਪਬਲਿਕਨ ਗਵਰਨਰਸ ਆਪਾਂ ਕਹਿ ਲਈਏ ਉਹਨਾਂ ਦੀ ਮਦਦ ਕਰ ਰਹੇ, ਪਰ ਰਿਪਬਲਿਕਨ ਸਟੇਟਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਬੁਰਾ ਹਾਲ ਆ। ਜੇ ਕੋਈ ਵਾਈਟ ਹਾਊਸ ਦੀ ਟਾਸਕ ਫੋਰਸ ਦੇ ਵਿੱਚੋਂ ਜਦੋਂ ਕੋਈ ਬਿਆਨ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਡਾਕਟਰ ਐਂਥਨੀ ਫੌਚੀ ਇਹਦੀ ਇੰਟਰਵਿਊ CNN ਤੇ ਹੋਈ ਸੀ, ਉਹਨਾਂ ਨੇ ਕਹਿ ਦਿੱਤਾ ਕਿ ਫਰਵਰੀ ਦੇ ਤੱਕ ਰਾਸ਼ਟਰਪਤੀ ਸਾਹਿਬ ਫੇਲ ਹੋ ਗਏ, ਫਰਵਰੀ ਤੱਕ ਜੇ ਐਕਸ਼ਨ ਲੈ ਲੈਂਦੇ ਤਾਂ ਅਮਰੀਕਾ ਦੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਇਸ ਤਰ੍ਹਾਂ ਹੀ ਨਿਊਯਾਰਕ ਸਿਟੀ ਦੇ ਮੇਅਰ 10 ਮਾਰਚ ਤੱਕ ਇਹਨਾਂ ਨੇ ਇੱਥੇ ਨਹੀਂ ਕੰਟਰੋਲ ਕੀਤਾ, ਇਹੀ ਕਹਿੰਦੇ ਰਹੇ ਕਿ ਨਿਊਯਾਰਕ ਨੈਵਰ ਸਲੀਪ, ਨਿਊਯਾਰਕ ਦੇ ਲੋਕ ਜਿਹੜੇ ਨੇ ਨਿਡਰ ਨੇ ਉਹ ਇਸ ਬਿਮਾਰੀ ਦਾ ਵੱਡੇ ਪੱਧਰ ਤੇ ਸਾਹਮਣਾ ਕਰ ਸਕਦੇ ਨੇ, ਪਰ ਨਿਊਯਾਰਕ ਹੀ ਜ਼ਿਆਦਾ ਇਸਦਾ ਹੌਟਸਪੌਟ ਬਣਿਆ। ਤੇ ਜਦੋਂ ਆਪਾਂ ਵਾਈਟ ਹਾਊਸ ਦੇ ਟਾਸਕ ਫੋਰਸ ਦੀ ਗੱਲ ਕਰਦੇ ਨੇ, ਉਹ ਵੀ ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਦੇ ਹੇਠ ਹੀ ਕੰਮ ਕਰਦੇ ਨੇ, ਕੋਈ ਵੀ ਬਾਹਰ ਆ ਕੇ ਆਪਣਾ ਬਿਆਨ ਨਹੀਂ ਦੇ ਸਕਦਾ। ਪਰ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਅਮਰੀਕਾ ਦੀ ਗੌਰਮੈਂਟ ਦਾ ਬਹੁਤ ਵੱਡਾ ਫੇਲੀਅਰ ਆ ਕਿ ਅਮਰੀਕਾ ਦੀ ਗੌਰਮੈਂਟ ਇਹ COVID-19 ਨੂੰ ਦੇ ਨਾਲ ਲੜਨ ਦੇ ਵਿੱਚ ਫੇਲ ਹੋ ਚੁੱਕੀ ਹੈ ਜੀ। ਜੀ ਧੀਰਜ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਖੀਰ ਦੇ ਵਿੱਚ ਅਸੀਂ ਇਹੀ ਤੁਹਾਡੇ ਤੋਂ ਜਿਹੜੀ ਇੱਕ ਹਮੇਸ਼ਾ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ, ਅਸੀਂ ਜਿੰਨੇ ਵੀ ਲੋਕ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਲਈ ਇੱਕ ਸੁਨੇਹਾ ਵੀ ਲੈ ਲਈਏ, ਕਿਉਂਕਿ ਤੁਸੀਂ ਉਸ ਥਾਂ 'ਤੇ ਹੋ ਜਿੱਥੇ ਇਸ ਵੇਲੇ ਬਿਮਾਰੀ ਸਭ ਤੋਂ ਜ਼ਿਆਦਾ ਮਾਰ ਕਰ ਰਹੀ ਹੈ। ਕੀ ਸੁਨੇਹਾ ਦੇਣਾ ਚਾਹੋਗੇ ਤਮਾਮ ਲੋਕ ਜਿਹੜੇ ਇਸ ਵੇਲੇ ਵੀਡੀਓ ਦੇਖ ਰਹੇ ਹੋਣੇ? ਮੈਂ ਸਾਰੇ ਹੀ ਸਰੋਤਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਸ ਬਿਮਾਰੀ ਦਾ ਇੱਕੋ ਇੱਕ ਹੱਲ ਆ ਕਿ ਆਪਣੇ ਆਪ ਨੂੰ ਘਰਾਂ ਦੇ ਵਿੱਚ ਕੁਆਰੰਟੀਨ ਕਰ ਲਿਆ ਜਾਵੇ, ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਰੱਖਿਆ ਜਾਵੇ, ਕਿ ਕਿਸੇ ਵੀ ਡਾਕਟਰ ਦੀ ਤੁਸੀਂ ਜਿੰਨੇ ਵੀ ਆਪਣੀਆਂ ਪ੍ਰਿਕੋਸ਼ਨਸ ਵਰਤਦੇ ਹੋ ਜਾਂ ਜ਼ਿਆਦਾ ਵੱਧ ਤੋਂ ਵੱਧ ਗਰਮ ਪਾਣੀ ਪੀਂਦੇ ਹੋ, ਭਾਫ਼ ਲੈਂਦੇ ਹੋ, ਜੋ ਵੀ ਤੁਸੀਂ ਆਪਣੇ ਘਰ 'ਚ ਕਰ ਸਕਦੇ ਹੋ, ਪਰ ਦਵਾਈਆਂ ਆਪਣੇ ਆਪ ਨਾ ਲਈਆਂ ਜਾਣ ਕਿਸੇ ਵੀ ਡਾਕਟਰਾਂ ਦੀ ਸਲਾਹ ਤੋਂ ਬਿਨਾਂ। ਕੋਈ ਵੀ ਦਵਾਈ ਹਾਈਡਰੋਕਲੋਰੋਕਲਿਨ ਜਾਂ ਕੋਈ ਵੀ ਜਿਹੜੇ ਐਂਟੀਬਾਇਓਟਿਕ ਹੈ ਡਾਕਟਰਾਂ ਦੀ ਸਹਾਇਤਾ ਤੋਂ ਬਿਨਾਂ, ਉਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੇ ਚਾਹੀਦੇ। ਤੇ ਆਪਣੇ ਆਪ ਨੂੰ ਜੇ ਬਸ ਇਹੀ ਕੋਸ਼ਿਸ਼ ਹੈ ਕਿ ਜਿਹੜੀ ਇਹਦੀ ਵੈਕਸੀਨ ਹੈ ਉਸਨੂੰ 12 ਤੋਂ 18 ਮਹੀਨੇ ਲੱਗਣੇ ਆ, ਆਉਣ ਨੂੰ 35 ਕੰਪਨੀਆਂ ਇਸਦੇ ਉੱਤੇ ਰਿਸਰਚ ਕਰ ਰਹੀਆਂ ਨੇ, ਪਰ ਜਦੋਂ ਤੱਕ ਦਵਾਈ ਨਹੀਂ ਆਉਂਦੀ ਉਦੋਂ ਤੱਕ ਸਾਨੂੰ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਰੱਖਣਾ ਪਵੇਗਾ। ਤੁਸੀਂ ਆਪਣਾ ਮਨੋਰੰਜਨ ਦੇ ਜੋ TV ਦੇਖੋ, ਜੋ ਮਰਜ਼ੀ ਕਰੋ, ਆਪਣੇ ਘਰਾਂ ਤੋਂ ਬੈਠ ਕੇ ਕੰਮ ਕਰੋ, ਬਸ ਇਸ ਨਾਲ ਇੱਕੋ ਹੀ ਫਾਈਟ ਆ ਕਿ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਟੇ ਹੋਮ ਸਟੇ ਸੇਫ। ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਇਹ ਸਨ ਧੀਰਜ ਕੁਮਾਰ ਜੋ ਅਮਰੀਕਾ ਦੀ ਧਰਤੀ ਤੋਂ ਸਾਡੇ ਨਾਲ ਉੱਚੇ ਤੌਰ 'ਤੇ ਜੁੜੇ ਸਨ, ਤਮਾਮ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ। ਬਹੁਤ ਮਾੜੇ ਹਾਲਾਤ ਇਸ ਵੇਲੇ ਅਮਰੀਕਾ ਦੀ ਧਰਤੀ 'ਤੇ ਬਣੇ ਹੋਏ ਨੇ ਅਤੇ ਖਾਸ ਕਰਕੇ ਪੰਜਾਬੀ ਤਬਕਾ ਵੀ ਕਾਫੀ ਹੱਦ ਤੱਕ ਹੁਣ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ, ਅਤੇ ਉਹਨਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਖਿਲਾਫ਼ ਵੀ ਕਿਤੇ ਨਾ ਕਿਤੇ ਆਵਾਜ਼ਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਉਹਨਾਂ ਦੇ ਉੱਪਰ ਜਿਹੜੇ ਉਹਨਾਂ ਦੇ ਵੱਲੋਂ ਫੈਸਲੇ ਲਏ ਜਾਂਦੇ ਨੇ ਉਹ ਕਾਫੀ ਅਜਿਹੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਕਰਕੇ ਇਸ ਵੇਲੇ ਉੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਵੀ ਆਵਾਜ਼ ਉੱਠ ਰਹੀ ਸੀ ਕਿ ਜੇ ਫਰਵਰੀ ਦੇ ਪਹਿਲਾਂ ਉਹਨਾਂ ਦੇ ਵੱਲੋਂ ਫੈਸਲਾ ਕੋਈ ਲਿਆ ਜਾਂਦਾ, ਕੋਈ ਕਠੋਰ ਫੈਸਲਾ ਲਿਆ ਜਾਂਦਾ ਤਾਂ ਸ਼ਾਇਦ ਉਸਦੇ ਨਤੀਜੇ ਜਿਹੜੇ ਇਸ ਵੇਲੇ ਗੰਭੀਰ ਬਣ ਰਹੇ ਨੇ ਤਾਂ ਉਹ ਨਤੀਜੇ ਕੁਝ ਹੋਰ ਹੋ ਸਕਦੇ ਸੀ। ਸੋ ਤਮਾਮ ਜਾਣਕਾਰੀ ਅਮਰੀਕਾ ਦੀ ਧਰਤੀ ਤੋਂ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਧੀਰਜ ਜੀ ਨੇ ਜਿਵੇਂ ਅਖੀਰ ਦੇ ਵਿੱਚ ਕਿਹਾ ਕਿ ਸਟੇ ਹੋਮ ਸਟੇ ਸੇਫ, ਅਤੇ ਅਸੀਂ ਵੀ ਹਰ
रोजाना स्पोक्समैन देख रहे सारे दर्शकों का स्वागत। दोस्तों कोरोना वायरस जिहड़ा इस वेले वड्डी समस्या बनिया होया, तमाम खबरां तुहाडे नाल।